ਹਾਲੇਲੂਇਆ 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 ਸੱਚੇ ਦੇ ਸਮਰਥੀ ਪਰਮੇਸ਼ਵਰ ਜੀ, ਪ੍ਰਭੂ ਜੀ, ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਮਹਾਨ ਪਰਮੇਸ਼ਵਰ ਜੀ, ਅੱਜ ਦੇ ਇਸ ਸੁੰਦਰ ਸਮੇਂ ਦੇ ਲਈ ਪ੍ਰਭੂ ਜੀ, ਜੋ ਤੁਸੀਂ ਆਪਣੇ ਬੱਚਿਆਂ ਦੇ ਲਈ ਠਹਿਰਾਇਆ ਮੇਰੇ ਮਹਾਨ ਪਰਮੇਸ਼ਵਰ ਜੀ। ਪਵਿੱਤਰ ਆਤਮਾ ਜੀ, ਮੈਂ ਤੁਹਾਡਾ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਪ੍ਰਭੂ ਜੀ, ਸੱਚਮੁੱਚ ਤੁਸੀਂ ਸਾਨੂੰ ਸਭ ਨੂੰ ਖੁਦਾ ਬਾਪ ਇਸ ਯੋਗੇ ਸਮਝਿਆ ਕਿ ਪ੍ਰਭੂ ਅਸੀਂ ਅੱਜ ਇਸ ਸੁੰਦਰ ਅਤੇ ਪਵਿੱਤਰ ਦਿਨ ਨੂੰ ਦੇਖ ਸਕੀਏ। ਮੇਰੇ ਮਹਾਨ ਖੁਦਾ ਬਾਪ, ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਕਿ ਪਰਮੇਸ਼ੁਰ, ਤੁਸੀਂ ਆਪਣੀ ਵੱਡੀ ਦਇਆ ਅਤੇ ਵੱਡੀ ਕਿਰਪਾ ਦੇ ਨਾਲ ਸਾਨੂੰ ਸਭ ਨੂੰ ਖੁਦਾ ਇਸ ਪ੍ਰਾਰਥਨਾ ਦੇ ਵਿੱਚ ਆਪਣੇ ਨਾਲ ਇਕੱਠਿਆਂ ਕੀਤਾ, ਸ਼ਾਮਿਲ ਕੀਤਾ। ਸੱਚਮੁੱਚ ਪ੍ਰਭੂ, ਤੁਸੀਂ ਅੱਤ ਮਹਾਨ ਪਰਮੇਸ਼ੁਰ ਹੋ ਮੇਰੇ ਜ਼ਿੰਦਾ ਖੁਦਾ। ਤੁਹਾਡੇ ਕੰਮ ਸਾਡਿਆਂ ਜੀਵਨਾਂ ਦੇ ਵਿੱਚ ਬਹੁਤ ਵੱਡੇ ਅਤੇ ਅਦਭੁਤ ਹਨ ਪ੍ਰਭੂ ਜੀ। ਤੁਸੀਂ ਦਇਆ ਦੇ ਸਾਗਰ ਹੋ ਖੁਦਾ ਬਾਪ, ਤੁਹਾਡੇ ਅੰਦਰ ਹਮੇਸ਼ਾ ਤੁਹਾਡੇ ਬੱਚਿਆਂ ਦੇ ਪ੍ਰਤੀ ਦਇਆ ਭਰੀ ਰਹਿੰਦੀ ਹੈ ਪ੍ਰਭੂ ਜੀ। ਤੁਸੀਂ ਕਦੇ ਵੀ ਸਾਨੂੰ ਇਕੱਲਿਆਂ ਨਹੀਂ ਛੱਡਦੇ, ਕਦੇ ਵੀ ਸਾਨੂੰ ਅਨਾਥ ਨਹੀਂ ਛੱਡਦੇ, ਹਮੇਸ਼ਾ ਆਪਣੇ ਪਵਿੱਤਰ ਫਤਿਹਮੰਦ ਸੱਜੇ ਹੱਥ ਦੇ ਨਾਲ ਖੁਦਾ ਸਾਨੂੰ ਸੰਭਾਲ ਕੇ ਰੱਖਦੇ ਹੋ। ਅੰਧਕਾਰ ਦੀਆਂ ਸਭ ਤਾਕਤਾਂ ਨੂੰ ਪ੍ਰਭੂ ਤੁਸੀਂ ਸਾਡਿਆਂ ਰਾਹਾਂ ਦੇ ਵਿੱਚੋਂ ਖਤਮ ਕਰ ਦਿਓ ਮੇਰੇ ਜ਼ਿੰਦਾ ਪਰਮੇਸ਼ੁਰ ਜੀ। ਸੱਚਮੁੱਚ ਤੁਹਾਡਾ ਪਵਿੱਤਰ ਪਾਕ ਕਲਾਮ ਸਾਡੇ ਲਈ ਬਿਆਨ ਕਰਦਾ ਹੈ ਕਿ ਪ੍ਰਭੂ ਤੁਸੀਂ ਸਾਡੇ ਨਾਲ ਬਹੁਤ ਵਧੀਕ ਪ੍ਰੇਮ ਕਰਦੇ ਹੋ, ਔਰ ਸੱਚਮੁੱਚ ਖੁਦਾ ਤੁਹਾਡਾ ਪ੍ਰੇਮ ਨਿਸਵਾਰਥ ਪ੍ਰੇਮ ਹੈ ਪ੍ਰਭੂ, ਤੁਹਾਡਾ ਪ੍ਰੇਮ ਸੱਚਾ ਪ੍ਰੇਮ ਹੈ ਮੇਰੇ ਜ਼ਿੰਦਾ ਪ੍ਰਭੂ। ਅਸੀਂ ਆਪਣੀ ਇੱਛਾ ਜਾਂ ਫਿਰ ਆਪਣੀ ਮਰਜ਼ੀ ਦੇ ਨਾਲ ਇਸ ਪ੍ਰਾਰਥਨਾ ਦੇ ਵਿੱਚ ਇਕੱਠੇ ਨਹੀਂ ਹੋਏ ਪ੍ਰਭੂ ਜੀ। ਇਹ ਤੁਹਾਡਾ ਪ੍ਰੇਮ ਹੈ ਜੋ ਤੁਸੀਂ ਸਾਨੂੰ ਸਭ ਨੂੰ ਵੱਖ ਵੱਖ ਜਗ੍ਹਾਵਾਂ ਦੇ ਉੱਪਰੋਂ ਲੈ ਕੇ ਆਏ, ਇਸ ਪ੍ਰਾਰਥਨਾ ਦੇ ਵਿੱਚ ਸਾਨੂੰ ਇਕੱਠਿਆਂ ਕੀਤਾ, ਇੱਕ ਵੱਡੀ ਚੰਗਿਆਈ ਅਤੇ ਵੱਡੀ ਬਰਕਤ ਸਾਨੂੰ ਦੇਣ ਦੇ ਲਈ, ਕਿਉਂ ਜੋ ਮੇਰੇ ਜ਼ਿੰਦਾ ਪਰਮੇਸ਼ੁਰ, ਸਾਨੂੰ ਚੰਗਿਆਈ ਅਤੇ ਬਰਕਤਾਂ ਦੇਣ ਵਾਲੇ ਜ਼ਿੰਦਾ ਪਰਮੇਸ਼ੁਰ ਤੁਸੀਂ ਹੋ, ਔਰ ਖੁਦਾ ਤੁਸੀਂ ਆਪਣੇ ਵਾਅਦਿਆਂ ਦੇ ਸੱਚੇ ਪਰਮੇਸ਼ੁਰ ਹੋ ਪ੍ਰਭੂ ਜੀ। ਜੋ ਵੀ ਵਾਅਦੇ ਤੁਸੀਂ ਆਪਣੇ ਪਵਿੱਤਰ ਕਲਾਮ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਕੀਤੇ ਹਨ, ਸੱਚਮੁੱਚ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਪ੍ਰਭੂ, ਉਹ ਵਾਅਦੇ ਝੂਠੇ ਵਾਅਦੇ ਨਹੀਂ, ਉਹ ਵਾਅਦੇ ਸੱਚੇ ਵਾਅਦੇ ਹਨ। ਤੁਹਾਡੇ ਵਚਨ 'ਚ ਲਿਖਿਆ, ਜਿੱਥੇ ਦੋ ਜਾਂ ਦੋ ਤੋਂ ਵੱਧ ਮੇਰੇ ਨਾਮ ਦੇ ਵਿੱਚ ਇਕੱਠੇ ਹੁੰਦੇ ਹਨ, ਮੇਰਾ ਪਵਿੱਤਰ ਆਤਮਾ ਉਸ ਜਗ੍ਹਾ ਦੇ ਉੱਪਰ ਮੌਜੂਦ ਹੁੰਦਾ ਹੈ। ਖੁਦਾ ਬਾਪ, ਅੱਜ ਤੁਹਾਡਾ ਪਵਿੱਤਰ ਆਤਮਾ ਇਸ ਜਗ੍ਹਾ ਦੇ ਉੱਪਰ ਮੌਜੂਦ ਹੈ, ਸਾਡੀ ਪ੍ਰਾਰਥਨਾ ਨੂੰ, ਸਾਡੀ ਬੇਨਤੀ ਨੂੰ ਸੁਣ ਕੇ ਪੂਰੀਆਂ ਕਰਨ ਦੇ ਲਈ, ਕਿਉਂ ਜੋ ਮੇਰੇ ਮਹਾਨ ਪਰਮੇਸ਼ੁਰ ਜੀ, ਸੱਚਮੁੱਚ ਤੁਸੀਂ ਸਾਡੀ ਪ੍ਰਾਰਥਨਾ ਨੂੰ ਨੇੜੇ ਹੋ ਕੇ ਸੁਣਦੇ ਹੋ। ਜਿੰਦਾ ਪਰਮੇਸ਼ੁਰ, ਤੁਸੀਂ ਚਾਹੁੰਦੇ ਹੋ ਤੁਹਾਡੇ ਬੇਟੇ, ਤੁਹਾਡੀਆਂ ਬੇਟੀਆਂ ਕੇਵਲ ਤੁਹਾਨੂੰ ਹੀ ਪੁਕਾਰਨ। ਤੁਹਾਡੇ ਕਲਾਮ 'ਚ ਲਿਖਿਆ ਕਿ ਤੂੰ ਦੁੱਖ ਦੇ ਵੇਲੇ ਮੈਨੂੰ ਪੁਕਾਰ ਅਤੇ ਮੈਂ ਤੈਨੂੰ ਉੱਤਰ ਦੇਵਾਂਗਾ। ਖੁਦਾ, ਤੁਸੀਂ ਸਾਡੀ ਪ੍ਰਾਰਥਨਾ ਨੂੰ ਸੁਣਦੇ ਜੇ, ਤੁਸੀਂ ਸਾਡੇ ਇੱਕ ਇੱਕ ਸ਼ਬਦਾਂ ਵੱਲ ਆਪਣੇ ਕੰਨਾਂ ਨੂੰ ਲਗਾਉਂਦੇ ਜੇ, ਆਪਣੇ ਫਤਿਹਮੰਦ ਸੱਜੇ ਹੱਥ ਨੂੰ ਵਧਾਉਂਦੇ ਜੇ ਸਾਡੀ ਮਦਦ ਅਤੇ ਸਹਾਇਤਾ ਲਈ। ਤੁਹਾਡੇ ਵਚਨ 'ਚ ਲਿਖਿਆ, ਮੈਂ ਦੁਖੀਏ ਦੇ ਦੁੱਖ ਨੂੰ ਕਦੇ ਵੀ ਤੁਛ ਨਹੀਂ ਜਾਣਦਾ, ਨਾ ਉਹਨਾਂ ਦੇ ਜ਼ਖਮਾਂ ਤੋਂ ਕਿਣ ਕਰਦਾ ਹਾਂ। ਸੱਚਮੁੱਚ ਪਰਮੇਸ਼ੁਰ, ਤੁਸੀਂ ਸਾਡੇ ਦੁੱਖਾਂ ਨੂੰ ਸੁੱਖਾਂ ਵਿੱਚ ਬਦਲ ਦਿੰਦੇ ਜੇ, ਸਾਡੇ ਜ਼ਖਮਾਂ ਤੋਂ ਸਾਨੂੰ ਚੰਗਿਆਈ ਦੇਣ ਵਾਲੇ, ਨਰੋਇਆ ਕਰਨ ਵਾਲੇ ਜ਼ਿੰਦਾ ਪਰਮੇਸ਼ੁਰ ਹੋ ਮੇਰੇ ਮਹਾਨ ਖੁਦਾ ਬਾਪ। ਮੈਂ ਤੁਹਾਡਾ ਧੰਨਵਾਦ ਕਰਦਾ ਕਿ ਪਰਮੇਸ਼ੁਰ, ਸੱਚਮੁੱਚ ਤੁਸੀਂ ਹਰ ਸਮੇਂ ਸਾਡੀ ਮਦਦ ਅਤੇ ਸਹਾਇਤਾ ਕਰਦੇ ਹੋ। ਮੈਂ ਤੁਹਾਡਾ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਪ੍ਰਭੂ ਜੀ, ਸੱਚਮੁੱਚ ਤੁਸੀਂ ਹਰ ਰੋਜ਼ ਸਾਨੂੰ ਖਾਣ ਦੇ ਲਈ
ਭੋਜਨ ਦਿੰਦੇ ਹੋ, ਪਹਿਨਣ ਦੇ ਲਈ ਪ੍ਰਭੂ ਸਾਨੂੰ ਕੱਪੜੇ ਦਿੰਦੇ ਹੋ, ਸੁੰਦਰ ਸਾਹ ਖੁਦਾ ਬਾਪ ਜੋ ਕੇਵਲ ਸਾਨੂੰ ਤੁਹਾਡੇ ਵੱਲੋਂ ਹੀ ਮਿਲਦੇ ਹਨ। ਔਰ ਪਰਮੇਸ਼ੁਰ ਤੁਸੀਂ ਬੀਤੇ ਸਮੇਂ ਦੇ ਵਿੱਚ ਵੀ ਸਾਨੂੰ ਸੰਭਾਲ ਕੇ ਰੱਖਿਆ, ਸਾਡੇ ਪਰਿਵਾਰ ਨੂੰ ਸੰਭਾਲਿਆ, ਬੱਚਿਆਂ ਨੂੰ ਸੰਭਾਲਿਆ। ਪ੍ਰਭੂ ਰਾਹਾਂ ਦੇ ਵਿੱਚ ਵੀ ਤੁਸੀਂ ਸਾਡੀ ਮਦਦ ਅਤੇ ਸਹਾਇਤਾ ਕੀਤੀ ਆਪਣੇ ਪਵਿੱਤਰ ਪਾਕ ਸਵਰਗ ਦੂਤਾਂ ਦੇ ਨਾਲ। ਅੰਧਕਾਰ ਦੀਆਂ ਸਭ ਤਾਕਤਾਂ ਨੂੰ, ਸਭ ਬੰਧਨਾਂ ਨੂੰ ਪ੍ਰਭੂ ਜੀ ਤੁਸੀਂ ਸਾਡਿਆਂ ਰਾਹਾਂ ਦੇ ਵਿੱਚੋਂ ਤੋੜਿਆ, ਖਤਮ ਕੀਤਾ। ਅਸੀਂ ਸਭ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਹਾਂ। ਔਰ ਮੇਰੇ ਜ਼ਿੰਦਾ ਪਰਮੇਸ਼ੁਰ, ਸੱਚਮੁੱਚ ਤੁਸੀਂ ਰਾਤ ਭਰ ਵੀ ਸਾਨੂੰ ਸੰਭਾਲ ਕੇ ਰੱਖਿਆ, ਸਾਡੇ ਪਰਿਵਾਰ ਨੂੰ ਸੰਭਾਲਿਆ। ਮੇਰੇ ਜ਼ਿੰਦਾ ਪਰਮੇਸ਼ੁਰ, ਸਾਨੂੰ ਮਿੱਠੀ ਅਤੇ ਪਿਆਰੀ ਨੀਂਦ ਦਿੱਤੀ। ਖੁਦਾ ਬਾਪ, ਅੱਜ ਤੁਸੀਂ ਆਪਣੇ ਵਾਅਦੇ ਦੇ ਅਨੁਸਾਰ ਸਾਨੂੰ ਸਭ ਨੂੰ ਇਸ ਮਿੱਠੀ ਨੀਂਦ ਤੋਂ ਜਗਾਇਆ, ਇਸ ਪਵਿੱਤਰ ਪਾਕ ਦਿਨ ਨੂੰ ਦਿਖਾਇਆ ਪ੍ਰਭੂ, ਜਿਸ ਦੀ ਰਚਨਾ ਤੁਸੀਂ ਆਪਣੇ ਮਹਾਨ ਹੁਕਮਾਂ ਦੇ ਨਾਲ, ਮਹਾਨ ਸ਼ਬਦਾਂ ਦੇ ਦੁਆਰਾ ਕੀਤੀ ਸੀ। ਤੁਹਾਡੇ ਵਚਨ 'ਚ ਲਿਖਿਆ ਇਹ ਧਰਤੀ ਬੇਡੋਲ ਸੀ, ਸੁੰਜੀ ਸੀ। ਸੱਚਮੁੱਚ ਪਰਮੇਸ਼ੁਰ, ਤੁਸੀਂ ਹੁਕਮ ਦਿੱਤਾ ਕਿ ਚਾਨਣ ਹੋ ਜਾਏ, ਧਰਤੀ ਦੇ ਉੱਪਰ ਚਾਨਣ ਹੋਇਆ, ਤੁਸੀਂ ਉਸ ਚਾਨਣ ਨੂੰ ਦਿਨ ਆਖਿਆ। ਮੇਰੇ ਮਹਾਨ ਪਰਮੇਸ਼ੁਰ, ਇਸ ਤਰ੍ਹਾਂ ਤੁਸੀਂ ਦਿਨ ਨੂੰ ਸਾਜਿਆ, ਔਰ ਖੁਦਾ ਆਪਣੇ ਵਚਨਾਂ ਦੇ ਨਾਲ ਹੀ ਹਨੇਰੇ ਨੂੰ ਪਰਮੇਸ਼ੁਰ ਜੀ ਚਾਨਣ ਨਾਲੋਂ ਵੱਖਰਾ ਕੀਤਾ। ਆਪਣੇ ਪਵਿੱਤਰ ਸ਼ਬਦਾਂ ਦੇ ਨਾਲ ਹੀ ਇਸ ਧਰਤੀ ਦੇ ਉੱਪਰ ਦਿਖਣ ਵਾਲੀ ਹਰੇਕ ਵਸਤੂ ਨੂੰ ਸਾਜਿਆ, ਪਾਣੀਆਂ ਨੂੰ ਇਕੱਠਿਆਂ ਕੀਤਾ। ਸੱਚਮੁੱਚ ਮੇਰੇ ਮਹਾਨ ਪਰਮੇਸ਼ੁਰ ਜੀ, ਤੁਸੀਂ ਇਸ ਪੂਰੀ ਸੁੰਦਰ ਸ੍ਰਿਸ਼ਟੀ ਨੂੰ ਖੁਦਾ ਬਾਪ ਸਾਡੇ ਲਈ ਸਾਜਿਆ, ਤਾਂ ਜੋ ਅਸੀਂ ਇਸ ਵਿੱਚ ਵਾਸ ਕਰ ਸਕੀਏ। ਔਰ ਮੇਰੇ ਮਹਾਨ ਪਰਮੇਸ਼ੁਰ, ਸੱਚਮੁੱਚ ਖੁਦਾ ਬਾਪ, ਇਸ ਦਿਨ ਦੇ ਦੁਆਰਾ ਅਸੀਂ ਤੁਹਾਡੀ ਸਮਰਥਾ ਨੂੰ ਆਪਣੇ ਜੀਵਨ 'ਚ ਉਤਰਦੀ ਦੇਖ ਰਹੇ ਹਾਂ ਕਿ ਤੁਹਾਡਾ ਆਤਮਾ ਅੱਜ ਵੀ ਸਾਡੇ ਜੀਵਨਾਂ ਦੇ ਵਿੱਚ ਕੰਮ ਕਰ ਰਿਹਾ ਹੈ। ਬਹੁਤ ਸਾਰੇ ਲੋਕ ਇਸ ਸੁੰਦਰ ਅਤੇ ਪਵਿੱਤਰ ਦਿਨ ਦਾ ਆਨੰਦ ਨਹੀਂ ਮਾਣ ਸਕੇ, ਪਰ ਪਰਮੇਸ਼ੁਰ ਤੁਸੀਂ ਆਪਣੀ ਵੱਡੀ ਕਿਰਪਾ, ਵੱਡੀ ਦਇਆ ਨੂੰ ਸਾਡੇ ਉੱਪਰ ਪ੍ਰਗਟ ਕੀਤਾ। ਅਸੀਂ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਹਾਂ। ਸੱਚਮੁੱਚ ਮੇਰੇ ਮਹਾਨ ਪਰਮੇਸ਼ੁਰ ਜੀ, ਤੂੰ ਮੇਰਾ ਬਲ ਹੈ, ਤੂੰ ਮੇਰੀ ਬੁੱਧੀ ਹੈ ਪ੍ਰਭੂ, ਤੂੰ ਮੇਰੀ ਚਟਾਨ ਹੈ। ਤੁਸੀਂ ਸਾਡੇ ਮਸਤਕ ਨੂੰ ਉੱਚੀਆਂ ਕਰਦੇ ਹੋ, ਸਾਨੂੰ ਕਦੇ ਵੀ ਪੂਛ ਨਹੀਂ ਠਹਿਰਾਉਂਦੇ, ਸਿਰ ਠਹਿਰਾ ਕੇ ਸਭ ਜਾਤੀਆਂ ਦੇ ਨਾਲੋਂ ਸਾਡੀ ਸਾਨੂੰ ਉੱਚੀਆਂ ਕਰਕੇ ਸਾਡੀ ਸ਼ਰਮਿੰਦਗੀ ਨੂੰ ਸਾਥੋਂ ਦੂਰ ਕਰਦੇ ਹੋ। ਔਰ ਮੇਰੇ ਮਹਾਨ ਪਰਮੇਸ਼ੁਰ, ਇਹਨਾਂ ਸ਼ਬਦਾਂ ਦੇ ਦੌਰਾਨ ਤੁਹਾਡੇ ਨਾਮ ਦੀ ਜਿੰਨੀ ਵੀ ਮਹਿਮਾ, ਜਿੰਨੀ ਵੀ ਵਡਿਆਈ ਕੀਤੀ ਜਾਵੇ ਪ੍ਰਭੂ, ਉਹ ਘੱਟ ਹੈ, ਪਰ ਤੁਹਾਡੇ ਉਪਕਾਰ ਅਤੇ ਤੁਹਾਡੀ ਦਇਆ ਅੱਤ ਵਧੀਕ ਹੈ ਸਾਡਿਆਂ ਜੀਵਨਾਂ ਦੇ ਵਿੱਚ। ਸੱਚਮੁੱਚ ਮੇਰੇ ਮਹਾਨ ਪਰਮੇਸ਼ੁਰ, ਅਸੀਂ ਤੁਹਾਡੇ ਕੋਲੋਂ ਮਾਫ਼ੀ ਮੰਗਦੇ ਹਾਂ ਅਗਰ ਬੀਤੇ ਸਮੇਂ 'ਚ ਪ੍ਰਭੂ ਜੀ ਅਸੀਂ ਤੁਹਾਡੇ ਪਵਿੱਤਰ ਕਲਾਮ ਦੇ ਵਿਰੁੱਧ ਕਿਸੇ ਤਰ੍ਹਾਂ ਦੀ ਕੋਈ ਬਦੀ, ਕੋਈ ਅਪਰਾਧ ਜਾਂ ਕੋਈ ਗੁਨਾਹ ਕਰ ਬੈਠੇ ਹੋਈਏ ਪ੍ਰਭੂ, ਜਿਸ ਤੋਂ ਅਸੀਂ ਅਣਜਾਣ ਹੋਈਏ। ਤੁਹਾਡੇ ਵਚਨ 'ਚ ਲਿਖਿਆ, ਜੋ ਲੋਕ ਮੂੰਹ ਤੋਂ ਅੰਗੀਕਾਰ ਕਰਕੇ ਆਪਣੇ ਹਰੇਕ ਗੁਨਾਹ ਦਾ ਪਸ਼ਚਾਤਾਪ ਕਰ ਲੈਂਦੇ ਹਨ, ਬੁਰਿਆਈ ਨੂੰ ਛੱਡਦੇ ਹਨ, ਇਕਰਾਰ ਕਰਦੇ ਹਨ ਕਿ ਯਿਸੂ ਮੇਰੇ ਪ੍ਰਭੂ ਆ, ਉਹ ਮੇਰੇ ਲਈ ਧਰਤੀ ਤੋਂ ਉੱਪਰ ਆਏ, ਉਹ ਮੇਰੇ ਲਈ ਮਾਰੇ ਗਏ, ਗਾੜੇ ਗਏ, ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠੇ। ਪ੍ਰਭੂ ਜੀ ਤੁਸੀਂ ਸਾਡੇ ਲਈ ਮੁਰਦਿਆਂ ਦੇ ਵਿੱਚੋਂ ਜੀ ਉੱਠੇ, ਸਾਨੂੰ ਨਵਾਂ ਜੀਵਨ ਦੇਣ ਦੇ ਲਈ ਮੁਰਦਿਆਂ ਦੇ ਵਿੱਚੋਂ ਜੀ ਉੱਠੇ, ਆਪਣੇ ਪਵਿੱਤਰ ਲਹੂ ਨੂੰ ਬਹਾਇਆ ਤਾਂ ਜੋ ਸਾਡੇ ਗੁਨਾਹ ਸਾਥੋਂ ਮਾਫ਼ ਕਰ ਸਕੋ, ਔਰ ਸਾਨੂੰ ਨਵਾਂ ਜੀਵਨ ਦਿੱਤਾ। ਇਸ ਜੀਵਨ ਨੂੰ ਪ੍ਰਭੂ ਜੀ ਅਸੀਂ ਤੁਹਾਡੇ ਪਵਿੱਤਰ ਹੱਥਾਂ 'ਚ ਸੌਂਪਦੇ ਹਾਂ, ਪ੍ਰਾਰਥਨਾ ਕਰਦੇ ਹਾਂ ਤੁਹਾਡੇ ਅੱਗੇ ਕਿ ਅਸੀਂ ਦੁਬਾਰਾ ਕਦੇ ਵੀ ਉਸ ਪਾਪ ਦੀ ਗੁਲਾਮੀ 'ਚ ਨਾ ਜਾਈਏ ਜਿਸ ਗੁਲਾਮੀ ਤੋਂ ਤੁਸੀਂ ਸਾਨੂੰ ਆਜ਼ਾਦ ਕੀਤਾ ਹੈ। ਔਰ ਪਰਮੇਸ਼ੁਰ, ਜੋ ਲੋਕ ਅਜੇ ਵੀ ਪਾਪ 'ਚ, ਨਸ਼ਿਆਂ 'ਚ, ਵਿਭਿਆਚਾਰੀ 'ਚ, ਬੁਰਿਆਈ 'ਚ ਫਸੇ ਹੋਏ ਹਨ, ਜਿਸ ਤਰ੍ਹਾਂ ਪਰਮੇਸ਼ੁਰ ਤੁਸੀਂ ਸਾਡੀ ਚੋਣ ਕੀਤੀ, ਸਾਨੂੰ ਚੁਣਿਆ, ਧਰਤੀ ਦੇ ਉੱਪਰ ਹਰੇਕ ਜਨ ਤੁਹਾਡੇ ਦੁਆਰਾ ਬਚਾਇਆ ਜਾਵੇ। ਔਰ ਪਰਮੇਸ਼ੁਰ ਸੱਚਮੁੱਚ ਤੁਸੀਂ ਬਚਾ ਚੁੱਕੇ ਯਿਸੂ ਦੇ ਨਾਮ ਦੇ ਵਿੱਚ।
ਖੁਦਾ ਬਾਪ, ਅਸੀਂ ਸਭ ਮਿਲ ਕੇ ਤੁਹਾਡੇ ਅੱਗੇ ਪ੍ਰਾਰਥਨਾ ਕਰਦੇ ਹਾਂ, ਅੱਜ ਜੋ ਵੀ ਲੋਕ ਪੂਰੇ ਵਿਸ਼ਵਾਸ ਦੇ ਦੌਰਾਨ ਇੱਕ ਮਨ ਇੱਕ ਚਿੱਤ ਲਾ ਕੇ ਇਸ ਪ੍ਰਾਰਥਨਾ ਨੂੰ ਸੁਣ ਰਹੇ ਹਨ, ਹਰੇਕ ਦੇ ਜੀਵਨ ਦੇ ਲਈ ਪ੍ਰਭੂ ਤੁਹਾਡੇ ਅੱਗੇ ਪ੍ਰਾਰਥਨਾ ਕਰਦੇ ਹਾਂ। ਅੱਜ ਤੁਹਾਡਾ ਆਤਮਾ ਸੱਚਮੁੱਚ ਇਹਨਾਂ ਦੀ ਹਰੇਕ ਪ੍ਰਾਰਥਨਾ ਨੂੰ ਸੁਣ ਕੇ ਇਹਨਾਂ ਦੀ ਹਰੇਕ ਮੁਸ਼ਕਿਲ ਦਾ ਇਹਨਾਂ ਨੂੰ ਹੱਲ ਦੇਵੇਗਾ। ਮੇਰੇ ਜ਼ਿੰਦਾ ਪਰਮੇਸ਼ੁਰ ਜੀ, ਸੱਚਮੁੱਚ ਤੁਹਾਡੇ ਵਚਨ ਜ਼ਬੂਰ 18:3 ਦੇ ਵਿੱਚ ਲਿਖਿਆ, ਮੈਂ ਯਹੋਵਾ ਨੂੰ ਜਿਹੜਾ ਉਸਤਤ ਯੋਗ ਹੈ ਪੁਕਾਰਾਂਗਾ, ਸੋ ਮੈਂ ਆਪਣੇ ਵੈਰੀਆਂ ਤੋਂ ਬਚ ਜਾਵਾਂਗਾ। ਸੱਚਮੁੱਚ ਅਸੀਂ ਸਭ ਹਾਲਾਤਾਂ 'ਚੋਂ ਪਰੇਸ਼ਾਨੀਆਂ ਤੋਂ ਨਿਕਲ ਜਾਂਦੇ ਹਾਂ ਜਦ ਪਰਮੇਸ਼ੁਰ ਅਸੀਂ ਤੁਹਾਨੂੰ ਪੁਕਾਰਦੇ ਹਾਂ। ਤੁਹਾਡੇ ਵਚਨ 34:15 ਦੇ ਵਿੱਚ ਲਿਖਿਆ, ਯਹੋਵਾ ਦੀਆਂ ਅੱਖੀਆਂ ਧਰਮੀਆਂ ਉੱਤੇ ਅਤੇ ਉਹਦੇ ਕੰਨ ਉਹਨਾਂ ਦੀ ਦੁਹਾਈ ਵੱਲ ਹਨ। ਸੱਚਮੁੱਚ ਮੇਰੇ ਜ਼ਿੰਦਾ ਪਰਮੇਸ਼ੁਰ ਜੀ, ਤੁਹਾਡੀਆਂ ਅੱਖਾਂ ਹਮੇਸ਼ਾ ਤੁਹਾਡੇ ਬੱਚਿਆਂ ਦੇ ਉੱਪਰ ਹੀ ਲੱਗੀਆਂ ਰਹਿੰਦੀਆਂ ਹਨ। ਤੁਹਾਡੇ ਵਚਨ 'ਚ ਲਿਖਿਆ, ਧਰਮੀ ਦੁਹਾਈ ਦਿੰਦੇ ਹਨ ਅਤੇ ਯਹੋਵਾ ਸੁਣਦਾ ਹੈ ਅਤੇ ਉਹਨਾਂ ਨੂੰ ਸਾਰਿਆਂ ਦੁੱਖਾਂ ਤੋਂ ਹਾਲਾਤਾਂ ਤੋਂ ਛਡਾਉਂਦਾ ਹੈ। ਸੱਚਮੁੱਚ ਮੇਰੇ ਮਹਾਨ ਪਰਮੇਸ਼ੁਰ ਜੀ, ਜੋ ਲੋਕ ਖੁਦਾ ਬਾਪ ਤੁਹਾਨੂੰ ਦੁਹਾਈ ਦਿੰਦੇ ਹਨ, ਤੁਹਾਨੂੰ ਪੁਕਾਰਦੇ ਹਨ, ਤੁਸੀਂ ਉਹਨਾਂ ਨੂੰ ਕਦੇ ਵੀ ਅਣਦੇਖਿਆ ਅਣਸੁਣਿਆ ਨਹੀਂ ਕਰਦੇ। ਮੇਰੇ ਜ਼ਿੰਦਾ ਪਰਮੇਸ਼ੁਰ ਜੀ, ਸੱਚਮੁੱਚ ਤੁਸੀਂ ਇਹਨਾਂ ਦੀ ਹਰੇਕ ਪ੍ਰਾਰਥਨਾ ਨੂੰ ਸੁਣ ਕੇ ਉਹਨਾਂ ਨੂੰ ਹਰੇਕ ਮੁਸ਼ਕਿਲਾਂ ਦੇ ਵਿੱਚੋਂ ਕੱਢ ਦਿਓ, ਕਿਉਂ ਜੋ ਤੁਹਾਡੇ ਵਚਨ 33:3 ਦੇ ਵਿੱਚ ਲਿਖਿਆ, ਮੈਨੂੰ ਪੁਕਾਰ ਅਤੇ ਮੈਂ ਤੈਨੂੰ ਉੱਤਰ ਦੇਵਾਂਗਾ ਅਤੇ ਮੈਂ ਤੈਨੂੰ ਵੱਡੀਆਂ ਵੱਡੀਆਂ ਅਤੇ ਔਖੀਆਂ ਗੱਲਾਂ ਦੱਸਾਂਗਾ ਜਿਨ੍ਹਾਂ ਨੂੰ ਤੂੰ ਨਹੀਂ ਜਾਣਦਾ। ਸੱਚਮੁੱਚ ਪਰਮੇਸ਼ੁਰ, ਤੁਸੀਂ ਸਾਨੂੰ ਹੋਣ ਵਾਲੀਆਂ ਗੱਲਾਂ ਵੀ ਦੱਸ ਦੇ ਜੇ, ਕਿਉਂ ਜੋ ਪਰਮੇਸ਼ੁਰ ਤੁਹਾਡਾ ਪਵਿੱਤਰ ਆਤਮਾ ਸੱਚਮੁੱਚ ਉਹ ਸਮਰਥੀ ਆਤਮਾ ਹੈ ਖੁਦਾ ਬਾਪ, ਜੋ ਸਾਡੀ ਹਰ ਸਮੇਂ ਮਦਦ ਅਤੇ ਸਹਾਇਤਾ ਕਰਦਾ ਹੈ। ਸੱਚਮੁੱਚ ਮੇਰੇ ਮਹਾਨ ਪਰਮੇਸ਼ੁਰ ਜੀ, ਤੁਹਾਡੇ ਵਚਨ 145:18 ਦੇ ਵਿੱਚ ਲਿਖਿਆ, ਯਹੋਵਾ ਉਹਨਾਂ ਸਭਨਾਂ ਦੇ ਨੇੜੇ ਹੈ ਜਿਹੜੇ ਉਸਨੂੰ ਪੁਕਾਰਦੇ ਹਨ, ਹਾਂ ਉਹਨਾਂ ਸਭਨਾਂ ਦੇ ਜਿਹੜੇ ਸੱਚਾਈ ਦੇ ਨਾਲ ਪੁਕਾਰਦੇ ਹਨ। ਸੱਚਮੁੱਚ ਜੋ ਲੋਕ ਪਰਮੇਸ਼ੁਰ ਆਪਣੇ ਦਿਲਾਂ ਦੇ ਵਿੱਚ ਪਾਪ ਰੱਖ ਕੇ, ਬੁਰੀ ਇੱਛਾ ਰੱਖ ਕੇ ਤੁਹਾਡੇ ਕੋਲੋਂ ਮੰਗਦੇ ਹਨ, ਸੱਚਮੁੱਚ ਖੁਦਾ ਆਪਣੀ ਕਦੇ ਵੀ ਜ਼ਰੂਰਤਾਂ ਨੂੰ ਨਹੀਂ ਪਾਉਂਦੇ। ਤੁਹਾਡੇ ਵਚਨ ਦੇ ਵਿੱਚ ਲਿਖਿਆ, ਜਿਹੜੇ ਤੁਹਾਨੂੰ ਸੱਚਾਈ ਦੇ ਨਾਲ ਪੁਕਾਰਦੇ ਹਨ, ਸੱਚਮੁੱਚ ਉਹ ਆਪਣੀ ਹਰੇਕ ਪ੍ਰਾਰਥਨਾ ਦਾ ਉੱਤਰ ਪਾਉਂਦੇ ਹਨ। ਮੇਰੇ ਮਹਾਨ ਪਰਮੇਸ਼ੁਰ ਜੀ, ਸੱਚਮੁੱਚ ਤੁਸੀਂ ਖੁਦਾ ਬਾਪ ਇਹਨਾਂ ਦੀ ਪ੍ਰਾਰਥਨਾ ਨੂੰ ਜਾਣਦੇ ਜੇ, ਇਹ ਕਿਸ ਵਿਸ਼ੇ ਲਈ ਤੁਹਾਡੇ ਅੱਗੇ ਪ੍ਰਾਰਥਨਾ ਕਰਦੇ ਹਨ ਪ੍ਰਭੂ, ਤੁਸੀਂ ਉਸ ਵਿਸ਼ੇ ਨੂੰ ਵੀ ਜਾਣਦੇ ਜੇ। ਤੁਹਾਡੇ ਕੋਲੋਂ ਕੁਛ ਵੀ ਛੁਪਿਆ ਹੋਇਆ ਨਹੀਂ ਰਹਿੰਦਾ, ਕਿਉਂ ਜੋ ਇੱਕ ਇਨਸਾਨ ਕਿਸੇ ਇਨਸਾਨ ਦੀਆਂ ਗੱਲਾਂ ਛੁਪਾ ਸਕਦਾ ਹੈ, ਪਰ ਤੁਹਾਡੇ ਆਤਮਾ ਦੇ ਕੋਲੋਂ ਕੁਛ ਵੀ ਛੁਪਿਆ ਹੋਇਆ ਨਹੀਂ ਰਹਿੰਦਾ। ਤੁਸੀਂ ਇਹਨਾਂ ਦੀ ਜ਼ਰੂਰਤ ਨੂੰ ਜਾਣਦੇ ਜੇ ਪਰਮੇਸ਼ੁਰ। ਸੱਚਮੁੱਚ ਮੇਰੇ ਮਹਾਨ ਖੁਦਾ ਬਾਪ, ਜਿਸ ਤਰ੍ਹਾਂ ਤੁਸੀਂ ਹਿਜ਼ਕੀਅਲ ਦੀ ਪ੍ਰਾਰਥਨਾ ਨੂੰ ਸੁਣ ਕੇ ਉਹਦੀ ਉਮਰ ਨੂੰ ਵਧਾਇਆ, ਮੈਂ ਤੁਹਾਡੇ ਅੱਗੇ ਪ੍ਰਾਰਥਨਾ ਕਰਦਾ ਕਿ ਪਰਮੇਸ਼ੁਰ ਅੱਜ ਤੁਹਾਡਾ ਆਤਮਾ ਇਹਨਾਂ ਦੀ ਹਰੇਕ ਪ੍ਰਾਰਥਨਾ ਨੂੰ ਸੁਣੇ, ਜਿਸ ਤਰ੍ਹਾਂ ਮੇਰੇ ਮਹਾਨ ਪਰਮੇਸ਼ੁਰ ਤੁਸੀਂ ਅਬਰਾਹਾਮ ਦੀ ਪ੍ਰਾਰਥਨਾ ਨੂੰ ਸੁਣ ਕੇ ਸੱਚਮੁੱਚ ਉਹਨੂੰ ਔਲਾਦ ਦਿੱਤੀ। ਅੱਜ ਤੁਹਾਡਾ ਆਤਮਾ ਇਹਨਾਂ ਦੀ ਪ੍ਰਾਰਥਨਾ ਨੂੰ ਸੁਣ ਕੇ ਇਹਨਾਂ ਦੀ ਹਰੇਕ ਮੁਸ਼ਕਿਲ ਦਾ ਹੱਲ ਕਰੇ, ਜਿਸ ਤਰ੍ਹਾਂ ਪਰਮੇਸ਼ੁਰ ਸੱਚਮੁੱਚ ਤੁਸੀਂ ਦਾਊਦ ਦੀ ਪ੍ਰਾਰਥਨਾ ਨੂੰ ਸੁਣ ਕੇ ਉਹਦੇ ਜੀਵਨ ਦੇ ਵਿੱਚ ਸੱਚਮੁੱਚ ਹਰੇਕ ਜੰਗ ਨੂੰ ਜਿਤਾਇਆ। ਪਰਮੇਸ਼ੁਰ ਸੱਚਮੁੱਚ ਤੁਹਾਡਾ ਆਤਮਾ ਵੀ ਖੁਦਾ ਬਾਪ ਇਹਨਾਂ ਨੂੰ ਹਰੇਕ ਮਕਸਦ ਦੇ ਵਿੱਚ ਜਿਤਾਵੇ, ਯਿਸੂ ਮਸੀਹ ਦੇ ਜ਼ਿੰਦਾ ਅਤੇ ਸਮਰਥੀ ਨਾਮ ਦੇ ਵਿੱਚ। ਖੁਦਾ ਬਾਪ ਸੱਚਮੁੱਚ ਤੁਹਾਡੇ ਵਚਨ 'ਚ ਲਿਖਿਆ, ਸਦਰਕ ਮੇਸ਼ਕ ਅਬਦਨਗੋ ਨੂੰ ਬਲ ਦੀ ਅੱਗ ਦੇ ਵਿੱਚ ਸੁੱਟ ਦਿੱਤਾ ਗਿਆ ਸੀ, ਪਰ ਪਰਮੇਸ਼ੁਰ ਉਹਨਾਂ ਨੇ ਤੁਹਾਡੇ ਅੱਗੇ ਪ੍ਰਾਰਥਨਾ ਕੀਤੀ ਔਰ ਤੁਸੀਂ ਉਸ ਪ੍ਰਾਰਥਨਾ ਨੂੰ ਨੇੜੇ ਹੋ ਕੇ ਸੁਣਿਆ। ਤੁਸੀਂ ਬਲ ਦੀ ਅੱਗ ਦੇ ਵਿੱਚ ਵੀ ਉਹਨਾਂ ਨੂੰ ਬਚਾਉਣ ਦੇ ਲਈ ਆ ਗਏ, ਕਿਉਂ ਜੋ ਪਰਮੇਸ਼ੁਰ ਸੱਚਮੁੱਚ ਤੁਸੀਂ ਸਾਡੀ ਪ੍ਰਾਰਥਨਾ ਨੂੰ ਸੁਣਦੇ ਜੇ, ਤੁਸੀਂ ਇਹਨਾਂ ਦੀ ਵੀ ਪ੍ਰਾਰਥਨਾ ਨੂੰ ਸੁਣ ਲਿੱਤਾ ਹੈ। ਮੇਰਾ ਵਿਸ਼ਵਾਸ ਹੈ ਮੇਰੇ ਮਹਾਨ ਪਰਮੇਸ਼ੁਰ, ਜੋ ਵੀ ਵਸਤੂਆਂ, ਜੋ ਵੀ ਜ਼ਰੂਰਤਾਂ
ਖੁਦਾ ਬਾਪ ਤੁਹਾਡੇ ਕੋਲੋਂ ਮੰਗ ਰਹੇ ਹਨ, ਤੁਹਾਡਾ ਆਤਮਾ ਇਹਨਾਂ ਦੀ ਹਰੇਕ ਥੋੜ ਨੂੰ, ਹਰੇਕ ਕਮੀ ਨੂੰ ਅੱਜ ਪੂਰੀਆਂ ਕਰ ਚੁੱਕਾ ਯਿਸੂ ਮਸੀਹ ਦੇ ਜ਼ਿੰਦਾ ਨਾਮ 'ਚ, ਕਿਉਂਕਿ ਤੁਹਾਡੇ ਵਚਨ ਯਹੂਨਾ 16:24 ਦੇ ਵਿੱਚ ਲਿਖਿਆ, ਅਜੇ ਤੀਕਰ ਤੁਸੀਂ ਮੇਰਾ ਨਾਮ ਲੈ ਕੇ ਨਹੀਂ ਮੰਗਿਆ, ਮੰਗੋ ਤਾਂ ਤੁਸੀਂ ਪਾਓਗੇ ਅਤੇ ਤੁਹਾਡਾ ਆਨੰਦ ਪੂਰਾ ਹੋਵੇਗਾ। ਸੱਚਮੁੱਚ ਪਰਮੇਸ਼ੁਰ ਯਿਸੂ ਦੇ ਨਾਮ 'ਚ ਅੱਜ ਤੋਂ ਤੁਹਾਡੇ ਕੋਲ ਮੰਗਣ ਵਾਲੇ ਬਣ ਚੁੱਕੇ ਹਨ, ਮੇਰਾ ਵਿਸ਼ਵਾਸ ਹੈ। ਤੁਹਾਡੇ ਵਚਨ ਮਤੀ 21:22 ਦੇ ਵਿੱਚ ਲਿਖਿਆ, ਸਭ ਜੋ ਤੁਸੀਂ ਵਿਸ਼ਵਾਸ ਨਾਲ ਪ੍ਰਾਰਥਨਾ ਕਰਕੇ ਮੰਗੋ ਸੋ ਪਾਓਗੇ। ਸੱਚਮੁੱਚ ਖੁਦਾ ਇਹਨਾਂ ਨੇ ਵਿਸ਼ਵਾਸ ਦੇ ਨਾਲ ਤੁਹਾਡੇ ਅੱਗੇ ਪ੍ਰਾਰਥਨਾ ਕੀਤੀ ਹੈ, ਔਰ ਪਰਮੇਸ਼ੁਰ ਇਹ ਪਾ ਚੁੱਕੇ ਹਨ ਯਿਸੂ ਦੇ ਨਾਮ 'ਚ। ਜੋ ਲੋਕ ਉਸ ਅੱਜ ਆਮੀਨ ਬੋਲ ਰਹੇ ਹਨ ਜਾਂ ਆਮੀਨ ਲਿਖ ਰਹੇ ਹਨ, ਮੇਰਾ ਵਿਸ਼ਵਾਸ ਇਹਨਾਂ ਦੀ ਹਰੇਕ ਪ੍ਰਾਰਥਨਾ ਪਰਮੇਸ਼ੁਰ ਤੁਸੀਂ ਸੁਣ ਲਿੱਤੀ ਹੈ, ਔਰ ਪਰਮੇਸ਼ੁਰ ਸੱਚਮੁੱਚ ਤੁਸੀਂ ਉੱਤਰ ਦੇ ਚੁੱਕੇ ਯਿਸੂ ਦੇ ਨਾਮ 'ਚ। ਪ੍ਰਭੂ ਜੋ ਲੋਕ ਪੜ੍ਹਾਈ ਲਈ, ਕੰਮਾਂ ਲਈ ਖੁਦਾ ਬਾਪ ਸੱਚਮੁੱਚ ਘਰਾਂ ਤੋਂ ਨਿਕਲ ਰਹੇ ਹਨ, ਰਸਤਿਆਂ 'ਚ ਹਨ, ਤੁਹਾਡਾ ਆਤਮਾ ਪਰਮੇਸ਼ੁਰ ਹਰੇਕ ਦੀ ਮਦਦ ਅਤੇ ਸਹਾਇਤਾ ਕਰੇ। ਜੋ ਲੋਕ ਇਸ ਪ੍ਰਾਰਥਨਾ ਨੂੰ ਬਹੁਤ ਸਾਰੇ ਲੋਕਾਂ ਤੱਕ ਪਹੁੰਚਾ ਕੇ ਤੁਹਾਡੀ ਰਾਜ ਦੇ ਸੇਵਾ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹਨ, ਤੁਸੀਂ ਕਿਹਾ ਮਸੀਹ 'ਚ ਕੀਤੀ ਮਿਹਨਤ ਵਿਅਰਥ ਨਹੀਂ ਜਾਵੇਗੀ, ਤੁਸੀਂ ਇਹਨਾਂ ਦੀ ਮਿਹਨਤ ਦਾ ਫਲ ਦੇ ਚੁੱਕੇ ਯਿਸੂ ਦੇ ਨਾਮ 'ਚ। ਖੁਦਾ ਬਾਪ ਜੋ ਲੋਕ ਇਸ ਪ੍ਰਾਰਥਨਾ ਦੌਰਾਨ ਆਪਣੀ ਕਮਾਈ ਦੇ ਵਿੱਚੋਂ ਬੀਜ ਨੂੰ, ਦਸਵੰਧ ਨੂੰ ਪ੍ਰਭੂ ਤੁਹਾਡੇ ਰਾਜ ਲਈ ਬੀਜ ਰਹੇ ਹਨ, ਪਰਮੇਸ਼ੁਰ ਤੁਸੀਂ ਜਾਣਦੇ ਹੋ ਬੀਜ ਕਿਸ ਕਮਾਈ ਦੇ ਵਿੱਚੋਂ ਆਇਆ ਹੈ, ਤੁਸੀਂ ਵੇਖਿਆ ਇਹ ਬੀਜ ਕਿਸ ਹੱਥਾਂ ਦੇ ਨਾਲ ਬੀਜਿਆ ਗਿਆ ਹੈ। ਮੈਂ ਪ੍ਰਾਰਥਨਾ ਕਰਦਾ ਪਰਮੇਸ਼ੁਰ ਉਸ ਕਮਾਈ ਦੇ ਅੰਦਰ ਤੁਹਾਡੀ ਬਰਕਤ ਠਹਿਰੇ, ਸ਼ੈਤਾਨ ਕਦੇ ਵੀ ਉਸ ਕਮਾਈ ਨੂੰ ਬਿਮਾਰੀਆਂ ਦੇ ਵਿੱਚ, ਨਸ਼ਿਆਂ ਦੇ ਵਿੱਚ, ਫਜ਼ੂਲ ਖਰਚੇ ਦੇ ਵਿੱਚ ਨਾ ਉਡਾ ਸਕੇ। ਪਰਮੇਸ਼ੁਰ ਇਹਨਾਂ ਨੇ ਤੁਹਾਡੇ ਵਚਨ ਨੂੰ ਪੂਰਿਆ ਕੀਤਾ ਹੈ, ਤੁਸੀਂ ਕਿਹਾ ਦਓਗੇ ਤਾਂ ਦਿੱਤਾ ਜਾਵੇਗਾ, ਬੀਜੋਗੇ ਤਾਂ ਵੱਢੋਗੇ। ਪਰਮੇਸ਼ੁਰ ਸੱਚਮੁੱਚ ਇਹਨਾਂ ਨੇ ਬੀਜਿਆ ਇਸਹਾਕ ਦੀ ਤਰ੍ਹਾਂ, ਜਿਸ ਤਰ੍ਹਾਂ ਇਸਹਾਕ ਨੇ ਬੀਜਿਆ ਔਰ ਉਸੇ ਸਾਲ ਉਸ ਬੀਜ ਦਾ ਫਲ ਪ੍ਰਾਪਤ ਕੀਤਾ, ਇਹ ਆਪਣੇ ਬੀਜ ਦਾ ਫਲ ਪ੍ਰਾਪਤ ਕਰ ਚੁੱਕੇ ਹਨ। ਸੱਚਮੁੱਚ ਤੁਸੀਂ ਵਾਅਦਾ ਕੀਤਾ ਹੈ ਕਿ ਬੀਜ ਕੇ ਤੁਸੀਂ ਆਪਣੇ ਪਰਮੇਸ਼ੁਰ ਨੂੰ ਪਰਖੋ, ਉਹ ਤੁਹਾਡੇ ਲਈ ਕਾਸ਼ ਦੇ ਖਿੜਕੀਆਂ ਚਲੋਕੇ ਖੋਲੇਗਾ, ਇੰਨਾ ਦੇਵੇਗਾ ਕਿ ਰੱਖਣ ਦੇ ਲਈ ਜਗ੍ਹਾ ਨਹੀਂ ਹੋਵੇਗੀ। ਸੱਚਮੁੱਚ ਉਹ ਵਾਅਦੇ ਪੂਰੇ ਹੋ ਚੁੱਕੇ ਹਨ ਯਿਸੂ ਮਸੀਹ ਦੇ ਜ਼ਿੰਦਾ ਨਾਮ ਦੇ ਵਿੱਚ। ਖੁਦਾ ਬਾਪ ਧੰਨਵਾਦ ਕਰਦੇ, ਤੁਸੀਂ ਸਾਡੀ ਪ੍ਰਾਰਥਨਾ ਨੂੰ ਸੁਣਿਆ, ਯਿਸੂ ਦੇ ਨਾਮ 'ਚ ਮੰਗਦੇ ਹਾਂ, ਆਮੀਨ।